ਭੁਪਿੰਦਰ ਸਿੰਘ ਹੁੱਡਾ ਨੇ ਸੂਬਾ ਸਰਕਾਰ ਤੇ ਉਠਾਏ ਸਵਾਲ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪ੍ਰੈਸ ਵਾਰਤਾ ਦੌਰਾਨ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਉਠਾਏ ਹਨ। ਮੈਂ ਆਪਕੇ ਮਾਧਿਅਮ ਸੇ ਕੁਝ ਸਵਾਲ ਸਰਕਾਰ ਸੇ ਪੁੱਛਣਾ ਚਾਹਤਾ ਹੂੰ ਔਰ ਇਹ ਸਰਕਾਰ ਜਵਾਬ ਸਿੱਧਾ ਦੇ, ਇਧਰ ਉਧਰ ਕੀ ਘੁਮਾ ਕੇ ਨਾ ਦੇ। ਇੱਕ ਬਤਾਏ ਵੀ 1,60,000 ਕਰੋੜ ਖਰਚਾ ਹੋ ਗਿਆ, ਇਹ ਪੈਸਾ ਕਹਾਂ ਲਗਾ? 70,000 2015 ਮੇਂ ਥਾ, ਉਹ ਬੜਕਰ 1,60,000 ਹੋ ਗਿਆ। ਜਬ ਤੱਕ ਹਰਿਆਣਾ ਬਣਾ ਔਰ ਅਬ ਜਬ ਤੱਕ ਕੁੱਲ 70,000 ਕਰੋੜ। ਦੂਸਰਾ ਮੇਰਾ ਸਵਾਲ ਹੈ, ਜੋ ਕਿਸਾਨ ਹੈ ਉਨਕੀ ਸਰਸੋਂ ਮੰਡੀ ਮੇਂ ਆਈ ਔਰ ਉਹ ਉਸਕੋ ਨਹੀਂ ਖਰੀਦ ਸਕੇ ਤੋ ਇਹਨਾਂ ਨੇ ਟੋਕਨ ਦੇ ਦੀਏ। ਆਜ ਹਜ਼ਾਰੋਂ ਕਿਸਾਨ ਉਹ ਟੋਕਨ ਲੈ ਘੁੰਮ ਰਹੇ ਹੈ ਔਰ ਉਨਕੀ ਉਹ ਪੇਮੈਂਟ ਨਹੀਂ ਹੋ ਰਹੀ, ਅੰਨਾ ਸਰਸੋਂ ਪਾਈ ਜਾ ਰਹੀ। ਅਗਰ ਉਹ ਨਹੀਂ ਉਠਾ ਸਕਦੇ ਤਾਂ ਉਹਨੂੰ ਟੋਕਨ ਕਿਉਂ ਦੀਏ ਗਏ ਔਰ ਉਸਕਾ ਕਿਆ ਕਿਆ ਦੇਗੀ, ਕਬ ਤੱਕ ਇਹ ਸਾਰੀ ਉਨਕੀ ਪੇਮੈਂਟ ਕਰਾ ਦੇਗੇ? ਕਿਉਂਕਿ ਇਹ ਖਾਲੀ ਸਰਸੋਂ ਕੇ ਸਾਥ ਨਹੀਂ ਹੈ, ਇਹ ਹਰ ਫਸਲ ਪੇ ਐਸਾ ਹੋਤਾ। ਗੰਨੇ ਕਾ ਜੋ ਹੈ ਪੇਮੈਂਟ 747 ਕਰੋੜ ਰੁਪਇਆ ਬਾਕੀ ਹੈ ਕਿਸਾਨ ਕਾ, ਇਹ ਕਿਉਂ ਬਾਕੀ ਹੈ? ਕਿਉਂ ਨਹੀਂ ਕਿਸਾਨ ਕੀ ਪੇਮੈਂਟ ਕਰੀ ਜਾਤੀ? ਔਰ ਇਹ ਜੋ ਸ਼ੂਗਰ ਮਿਲਸ ਕਾ ਪੇਮੈਂਟ ਹੈ ਔਰ ਕਿਸਾਨ ਇਤਨੇ ਧੱਕੇ ਖਾਣੇ ਪੜ ਰਹੇ ਹੈ, ਯੂਪੀ ਮੇਂ ਲੈ ਜਾ ਰਹੇ ਹੈ ਔਰ ਵਹਾਂ ਉਨਸੇ ਪੇਮੈਂਟ ਨਹੀਂ ਮਿਲ ਰਹੀ, ਤੋ ਇਹ ਗੰਨੇ ਕੀ ਵੋ ਦੇ। ਔਰ ਤੀਸਰਾ ਮੇਰਾ ਸਵਾਲ ਹੈ, ਇੱਕ ਵੀਡੀਓ ਘੁੰਮ ਰਹੀ ਹੈ, ਮੁੱਖ ਮੰਤਰੀ ਜੀ ਕਹਿ ਰਹੇ ਹੈ ਆਪਣੇ ਭਾਸ਼ਣ ਮੇਂ ਕਿ ਮੈਂ ਚੇਅਰਮੈਨ HPSC ਸੇ ਪੁੱਛਾ, ਵੀ ਕਿਉਂ ਪੁੱਛਾ ਆਪਨੇ? ਕੌਨਸਟੀਟਿਊਸ਼ਨਲ ਅਥਾਰਟੀ ਮੇਂ ਕਿਸਕੋ ਅਧਿਕਾਰ ਹੈ, ਕਿਸ ਅਧਿਕਾਰ ਸੇ ਆਪ ਪੁੱਛ ਰਹੇ? ਤੋ ਇਹ ਸਵਾਲ ਜੋ ਹੈ ਇਹ ਇਸਕੇ ਤਹਿ ਤੱਕ ਜਾਣਾ ਚਾਹੀਏ।